ਆਪ ਸਭ ਨੂੰ ਸਤਿ ਸ਼੍ਰੀ ਅਕਾਲ ਅੱਜ ਵਿਧਾਨ ਸਭਾ ਦੇ ਮੱਦੇ ਨਜ਼ਰ VOTING ਹੋ ਰਹੀ ਹੈ ਔਰ ਇਸ ਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਸੀ ਅਤੇ ਸ਼ਾਮ 6 ਵਜੇ ਤੱਕ ਹੋਵੇਗੀ 10 ਮਾਰਚ ਨੂੰ ਇਹਨਾਂ ਚੋਣਾਂ ਦਾ ਰਿਜ਼ਲਟ ਆਵੇਗਾ ਤੇ ਦੇਖਿਆ ਜਾਵੇਗਾ ਕਿ ਕਿਸ ਦੀ ਸਰਕਾਰ ਬਣਦੀ ਹੈ ਇਸ ਦੇ ਵਿਚਾਲੇ ਪੰਜਾਬ ਸਰਕਾਰ ਚੋਣ ਕਮਿਸ਼ਨ ਵੱਲੋਂ ਮੁਲਾਜ਼ਮਾਂ ਲਈ ਨਵਾਂ ਪੱਤਰ ਜਾਰੀ ਕੀਤਾ ਗਿਆ ਹੈ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਵੋ ਜੀ ਵੈਲ ਆਈਕਨ ਵੀ ਜ਼ਰੂਰ ਦਿਵਾ ਲੈਣਾ ਸਮੂਹ ਮੁਲਾਜ਼ਮ ਜਿਹੜੇ ਨੇ ਚੋਣਾਂ ਦੇ ਵਿੱਚ ਡਿਊਟੀ ਦੇ ਰਹੇ ਹਨ ਇਹਨਾਂ ਨੂੰ ਪੋਲਿੰਗ ਮਸ਼ੀਨਾਂ ਦੇ ਦਿੱਤੀਆਂ ਜਾਂਦੀਆਂ ਹਨ ਤੇ ਆਪੋ ਆਪਣੇ ਪੋਲਿੰਗ ਸਟੇਸ਼ਨਾਂ ਤੇ ਭੇਜਿਆ ਜਾਂਦਾ ਹੈ ਅੱਜ ਇਸ ਵੇਰ ਤੋਂ ਜਿੰਨੇ ਚੋਣ ਮੁਲਾਜ਼ਮ ਹਾਜ਼ਰ ਹਨ ਉਹ ਆਪੋ ਆਪਣੀਆਂ ਤਿਆਰੀਆਂ ਨੂੰ ਪੂਰੀਆਂ ਕਰਕੇ ਚੋਣਾਂ ਨੂੰ ਮੁਕੰਮਲ ਕਰਵਾਉਂਦੇ ਹਨ ਸੋ ਇਨ੍ਹਾਂ VOTINGਾਂ ਦੇ ਵਿੱਚ ਮੁਲਾਜ਼ਮਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ 19 ਫਰਵਰੀ ਤੋਂ 20 ਫਰਵਰੀ ਤੱਕ ਸਾਰਾ ਕੰਮ ਮੁਕੰਮਲ ਕਰਕੇ ਰਾਤ ਤੱਕਰੇ ਮੁਲਾਜ਼ਮ ਆਪਣਾ ਸਮਾਨ ਵਾਪਸ ਕਰਕੇ ਆਪਣੇ ਘਰਾਂ ਨੂੰ ਦੇਰ ਰਾਤ ਤੱਕ ਪਰਤਦੇ ਹਨ ਇਸੇ ਕਰਕੇ ਪੰਜਾਬ ਦੇ ਚੋਣ ਦੇ ਜਿਹੜੇ ਮੁਖ ਅਫਸਰ ਹਨ ਇਨ੍ਹਾਂ ਮੁਲਾਜ਼ਮਾਂ ਦੇ ਲਈ ਕੱਲ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਜਿਹੜੇ ਮੁਲਾਜ਼ਮ ਡਿਊਟੀ ਦੇ ਰਹੇ ਹਨ ਚੋਣਾ ਦੇ ਵਿੱਚ ਉਹਨਾਂ ਨੂੰ ਹੀ ਸਿਰਫ ਕੱਲ ਦੀ ਛੁੱਟੀ ਹੈ ਬਾਕੀ ਸਾਰੇ ਮੁਲਾਜ਼ਮ ਹਮੇਸ਼ਾ ਦੀ ਤਰ੍ਹਾਂ ਆਪਣੀ ਡਿਊਟੀ ਤੇ ਹਾਜ਼ਰ ਹੋਵਣਗੇ ਸੋ ਕੱਲ ਦਿਨ ਸੋਮਵਾਰ 2 ਫਰਵਰੀ ਦੀ ਛੁੱਟੀ ਹੈ ਤਾਂ ਜੋ ਉਹ ਸਹੀ ਤਰੀਕੇ ਨਾਲ ਰੈਸਟ ਕਰਕੇ ਵਾਪਸ ਅਗਲੇ ਦਿਨ ਰੈਗੂਲਰ ਡਿਊਟੀ ਤੇ ਹਾਜ਼ਰ ਹੋਵਣਗੇ ਤੇ ਕੱਲ ਦੇ ਦਿਨ ਦੀ ਉਹਨਾਂ ਦੀ ਗੈਰ ਹਾਜ਼ਰੀ ਨਹੀਂ ਲੱਗੇਗੀ ਤੇ ਉਹ ਵੀ ਡਿਊਟੀ ਦੇ ਵਿੱਚ ਕਾਊਂਟ ਹੋਵੇਗੀ ਆਸ ਕਰਦੇ ਹਾਂ ਅੱਜ ਦੀ ਵੀਡੀਓ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਧੰਨਵਾਦ